ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਕਾਹਲ ਰਫਤਾਰ ਤੇ ਰੌਲਾ ਵਿਗਿਆਨ ਦੀ ਦੇਣ ਹਨ ਧੂਏ ਤੇ ਧੋਖੇ ਵਾਂਗ ਹਥਿਆਰ ਤੇ ਹਿੰਸਾ ਵਾਂਗ ਨਫੇ ਤੇ ਨਫਰਤ ਵਾਂਗ ਹੀ ਰਫਤਾਰ ਤੇ ਰੌਲਾ ਅਜੋਕੇ ਜੀਵਨ ਦੇ ਵਰਤਾਰੇ ਹਨ ਅੱਜ ਦਾ ਮਨੁੱਖੇ ਨਾ ਵਰਤਾਰਿਆਂ ਵਾਂਗ ਇਹ ਨ ਵਰਗਾ ਹੀ ਹੋ ਗਿਆ ਹੈ ਗਿਆਨ ਸਾਨੂੰ ਅਤੀਤ ਦੀਆਂ ਹਾਰਾਂ ਤੇ ਭਵਿੱਖ ਦੇ ਖਤਰਿਆਂ ਤੋਂ ਉੱਚੇ ਉੱਠਣ ਦੀ ਸ਼ਕਤੀ ਦਿੰਦਾ ਹੈ ਪਰ ਵਰਤਮਾਨ ਦੀਆਂ ਸਮੱਸਿਆਵਾਂ ਤੇ ਮੁਸ਼ਕਲਾਂ ਸਾਡੇ ਗਿਆਨ ਨਾਲੋਂ ਵੱਡੇਰੀਆਂ ਸਾਬਤ ਹੋ ਰਹੀਆਂ ਹਨ ਪ੍ਰਤੀਤ ਹੁੰਦਾ ਹੈ ਕਿ ਸਾਡੇ 'ਚ ਸਮੱਸਿਆਵਾਂ ਪੈਦਾ ਕਰਨ ਦੀ ਸਮਰੱਥਾ ਤਾਂ ਹੈ ਪਰ ਉਹਨਾਂ ਨੂੰ ਸੁਲਝਾਉਣ ਦੀ ਯੋਗਤਾ ਸਾਡੇ ਤੋਂ ਗਵਾਚ ਗਈ ਹੈ। ਵਾਸਤਵ ਵਿੱਚ ਆਜ਼ਾਦ ਹੋਣ ਦਾ ਅਵਸਰ ਆਪਣੇ ਛੋਟੇਪਨ ਤੋਂ ਉੱਚੇ ਉੱਠਣ ਦਾ ਹੰਬੜਾ ਬਣਨਾ ਚਾਹੀਦਾ ਸੀ ਜਿਹਦਾ ਪ੍ਰਗਟਾਵਾ ਆਪਣੇ ਆਪ ਨੂੰ ਪਿੱਛੇ ਛੱਡ ਕੇ ਅੱਗੇ ਲੰਘ ਜਾਣ ਦੀ ਤੰਗ 'ਚ ਪ੍ਰਗਟ ਹੋਣਾ ਚਾਹੀਦਾ ਸੀ। ਪਰ ਜਿਆ ਨਹੀਂ ਹੋਇਆ ਸਾਡੀਆਂ ਲੜਾਈਆਂ ਸਾਡੀ ਅੰਦਰਲੀ ਅਸ਼ਾਂਤੀ ਦੀਆਂ ਬਾਹਰ ਲੀਆਂ ਚੀਕਾਂ ਹੁੰਦੀਆਂ ਹਨ ਇਹ ਚੀਕਾਂ ਵੀ ਖਿੜੇ ਮੱਥੇ ਪਰਵਾਨ ਕੀਤੀਆਂ ਜਾ ਸਕਦੀਆਂ ਸੰਨ ਜੇ ਇਹਨਾਂ 'ਚ ਕੋਈ ਸੁਰ ਤਾਲ ਹੁੰਦਾ ਬੇਗੁਨਾਹਾਂ ਦੇ ਮਾਰੇ ਜਾਣ ਨੂੰ ਵੀ ਸਮਝਿਆ ਜਾ ਸਕਦਾ ਸੀ ਜੇ ਉਹਨਾਂ ਦੇ ਮਾਰੇ ਜਾਣ ਨਾਲ ਸਾਡੀ ਆਪਣੀ ਮੰਜ਼ਲ ਨੇੜੇ ਆਰੀ ਪ੍ਰਤੀਤ ਹੁੰਦੀ ਤੇ ਠੱਠੇ ਘਰਾਂ ਤੇ ਸੁੰਨੇ ਵੇੜਿਆਂ 'ਚ ਕਿਸੇ ਨਵੀਂ ਉਸਾਰੀ ਦੇ ਨਕਸ਼ ਉੱਪਰ ਦੇ ਵਿਖਾਈ ਦਿੰਦੇ ਪਰ ਜੇਆ ਕੁਝ ਵੀ ਨਹੀਂ ਹੋਇਆ ਦੁੱਖ ਬੰਦੇ ਦੀ ਆਪਣੇ ਆਪ ਨਾਲ ਪਛਾਣ ਕਰਵਾ ਦਿੰਦੇ ਹਨ ਇਹ ਸਾਡੇ ਚ ਹਮਦਰਦੀ ਤੇ ਮਿਲਵਰਤਨ ਦੀ ਭਾਵਨਾ ਜਗਾਉਂਦੇ ਹਨ ਇਹਨਾਂ ਭਾਵਨਾਵਾਂ ਸਦਕਾ ਅਸੀਂ ਦੂਜਿਆਂ ਨਾਲ ਜੁੜਦੇ ਹਾਂ ਦੂਜਿਆਂ ਨਾਲ ਜੁੜਨ ਕਰਕੇ ਸਾਡੇ ਚ ਰਲ ਕੇ ਰਹਿਣ ਦੀ ਇੱਛਾ ਉਪਜਦੀ ਹੈ ਇਸ ਸਿੱਖਿਆ ਨਾਲ ਸਾਡਾ ਵਿਹਾਰ ਕੁਲਾ ਹੁੰਦਾ ਹੈ ਪਿਆਰ ਇਸ ਕੁਲੇ ਵਿਹਾਰ ਦਾ ਹੀ ਪ੍ਰਗਟਾਵਾ ਹੁੰਦਾ ਹੈ ਪਿਆਰ ਮਠੀ-ਮਠੀ ਅੱਗ ਉੱਤੇ ਰਿੱਜਣ ਵਾਲਾ ਸਵਾਦ ਹੁੰਦਾ ਹੈ। ਇਸ ਸੂਝ ਦੀ ਚੁੱਪ-ਚੁੱਪੀਤੀ ਬੋਲੀ ਚ ਗਾਇਆ ਹੋਇਆ ਗੀਤ ਹੁੰਦਾ ਹੈ। ਜਿਹੜੇ ਪਿਆਰ ਕਰਦੇ ਹਨ ਉਹ ਹਵਾਵਾਂ 'ਚ ਘਰ ਪਾਉਂਦੇ ਹਨ। ਕਦੇ-ਕਦੇ ਧਰਤੀ ਦੀ ਸੈਰ ਲਈ ਨਿਕਲਦੇ ਹਨ ਪਰ ਹੁਣ ਇਹ ਨਹੀਂ ਹੋ ਸਕੇਗਾ ਕਿਉਂਕਿ ਹੁਣ ਧਰਤੀ ਉੱਤੇ ਸਭ ਨਹੀਂ ਥਾਈ, ਛੇਤੀ ਕਰੋ, ਜਲਦੀ ਕਰੋ ਹੋ ਰਹੀ ਹੈ। ਸਭ ਪਾਸੇ ਕਾਲ ਦਾ ਸ਼ੋਰ ਮਚਿਆ ਹੋਇਆ ਹੈ। ਅਸੀਂ ਅਜੇ ਨੱਚਣਾ ਸ਼ੁਰੂ ਨਹੀਂ ਕੀਤਾ। ਸਾਡੇ ਨੱਚਣ ਦੇ ਦਿਨ ਲੰਘ ਗਏ ਗਲੀ ਦਾ ਬੂਹਾ ਖੋਲਣ ਤੋਂ ਪਹਿਲਾਂ ਮੁਨਿਆਦੀ ਹੋ ਰਹੀ ਹੈ ਕਿ ਕਰਫੂ ਲੱਗ ਗਿਆ ਹੈ ਸਾਡੇ ਖਿੜੇ ਹੋਏ ਫੁੱਲਾਂ ਦੇ ਗੁਲਦਸਤੇ ਉੱਤੇ ਕਿਸੇ ਨੇ ਉਬਲਦਾ ਪਾਣੀ ਪਾ ਦਿੱਤਾ ਅਸੀਂ ਵੇਖ ਕੇ ਅੰਡਰਟ ਕਰਨ ਦੀ ਭਾਵਨਾ ਨਾਲ ਬਾਹਰ ਨਿਕਲੇ ਸਾਂ ਕਿ ਅਥਰੂ ਗੈਸ ਨੇ ਸਾਨੂੰ ਅੰਨਿਆ ਕਰਤਾ ਬਿੱਲੀ ਉਦਾਸ ਹੈ ਕਿ ਕਿਸੇ ਬੰਦੇ ਨੇ ਉਹਦਾ ਰਸਤਾ ਕੱਟਿਆ ਹੈ ਮਨੁੱਖਾਂ ਦੇ ਵਾਸਪਏ ਜਾਨਵਰ ਪਰੇਸ਼ਾਨ ਹਨ ਸੜਕ ਰੁਕੀ ਹੋਈ ਹੈ ਹਰ ਕੋਈ ਕਾਲ ਵਿੱਚ ਹੈ ਜੱਦਰ ਵੀ ਦੇਖੋ ਉਧਰ ਹੀ ਛੇਤੀ ਕਰੋ ਛੇਤੀ ਕਰੋ ਹੋ ਰਹੀ ਹੈ ਅਜੋਕੇ ਜੀਵਨ ਵਿੱਚ ਲਈ ਕਾਲ ਦੇ ਕਈ ਕਾਰਨ ਹਨ ਪਹਿਲਾਂ ਦੂਜਿਆਂ ਵਰਗਾ ਬਣਨ ਦੀ ਇੱਛਾ ਬਲਵਾਨ ਸੀ ਹੁਣ ਦੂਜਿਆਂ ਨਾਲ ਵੱਧ ਤੋਂ ਵੱਧ ਵੱਖਰਾ ਬਣਨ ਦੀ ਇੱਛਾ ਦਾ ਬੋਲਬਾਲ ਹੈ ਆਪਣੇ ਆਪ ਨੂੰ ਪਛਾਣਨ ਦੇ ਕਈ ਢੰਗ ਤਰੀਕੇ ਹਨ ਪਰ ਜਦੋਂ ਹਰ ਕੋਈ ਆਪਣੇ ਆਪ ਨੂੰ ਮਹਾਨ ਸਮਝਣ ਲੱਗ ਪਏ ਤਾਂ ਪਰੇਸ਼ਾਨੀਆਂ ਦਾ ਉਤਪਨ ਹੋਣਾ ਸੁਭਾਵਕ ਹੁੰਦਾ ਹੈ ਪਹਿਲਾਂ 100 ਵਿਅਕਤੀਆਂ ਦੀ ਇੱਕ ਬਰਾਤ ਜਾਇਆ ਕਰਦੀ ਸੀ ਪਰ ਹੁਣ ਹਰ ਇੱਕ ਬਰਾਤੀ ਪੂਰੀ ਬਰਾਤ ਜਿੰਨੀ ਤਿਆਰੀ ਕਰਦਾ ਹੈ। ਨਤੀਜੇ ਵਜੋਂ ਹੁਣ 100 ਵਿਅਕਤੀਆਂ ਦੀ ਇੱਕ ਬਰਾਤ ਨਹੀਂ ਜਾਂਦੀ। ਇੱਕ ਇੱਕ ਵਿਅਕਤੀ ਵਾਲੀਆਂ 100 ਬਰਾਤਾਂ ਜਾਂਦੀਆਂ। 100 ਬਰਾਤ ਦੀ ਤਿਆਰੀ ਸਮੇਂ ਛੇਤੀ ਕਰੋ ਛੇਤੀ ਕਰੋ ਦੇ ਬਾਵਜੂਦ ਕੁਝ ਵੀ ਸਮੇਂ ਸਿਰ ਨਹੀਂ ਵਾਪਰਦਾ। ਪੁਰਸ਼ ਦਾ ਸੁਭਾ ਮੰਜ਼ਿਲ ਮੁਖ ਹੈ। ਉਹਨੇ ਸਦਾ ਹੀ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚਣਾ ਹੁੰਦਾ ਹੈ। ਸੋ ਪਹੁੰਚਣ ਦੇ ਕਾਲ ਚ ਛੇਤੀ ਕਰਦਾ ਹੈ। ਇਸਤਰੀ ਬਹੁਤਾ ਹਿਲਦੀ ਜੁਲਦੀ ਨਹੀਂ ਉਹ ਇੱਕ ਸੀਮਤ ਜੇ ਸਥਾਨ ਵਿੱਚ ਹੀ ਇੱਧਰ ਉੱਧਰ ਜਾਂਦੀ ਹੈ ਉਦਾਹਰਨ ਵਜੋਂ ਘਰ ਦੇ ਅੰਦਰ ਰਸੋਈ ਵਿੱਚ ਹੀ ਬਹੁਤਾ ਸਮਾਂ گزارਦੀ ਹੈ ਜੇ ਨੌਕਰੀ ਵੀ ਕਰਦੀ ਹੈ ਤਾਂ ਵੀ ਕੰਮ ਕਰਨ ਵਾਲੀ ਥਾਂ ਤੇ ਉਹ ਸੀਮਤ ਜੇ ਇਲਾਕੇ 'ਚ ਹੀ ਵਿਚਰਦੀ ਹੈ ਦੂਜੇ ਸ਼ਬਦਾਂ 'ਚ ਇਹ ਕਹਿਣਾ ਵਧੇਰੇ ਯੋਗ ਹੋਏਗਾ ਕਿ ਇਸਤਰੀ ਦਾ ਸਭਾ ਸਥਾਨਮੁਖ ਹੈ ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਉਸ ਵਿੱਚ ਕਿਧਰੇ ਪਹੁੰਚਣ ਦੀ ਕਾਲ ਨਹੀਂ ਹੁੰਦੀ ਕਿਉਂਕਿ ਉਹਨੂੰ ਕਿਸੇ ਥਾਂ ਸਮੇਂ ਸਿਰ ਪਹੁੰਚਣ ਦਾ ਲਾਭ ਪ੍ਰਾਪਤ ਨਹੀਂ ਹੁੰਦਾ ਪਾਪੀ ਪਰਸ਼ ਕਹਿੰਦੇ ਰਹਿੰਦੇ ਆ ਛੇਤੀ ਕਰੋ ਜਲਦੀ ਕਰੋ ਪਰ ਇਸਤਰੀਆਂ ਆਪਣੀ ਸੁਭਾਵਕ ਚਾਲ ਨਾਲ ਕੰਮ ਕਰਦੀਆਂ ਹਨ ਇਸਤਰੀ ਕਿੰਨੀ ਵੀ ਸੁੰਦਰ ਹੋਵੇ ਉਹ ਆਪਣੀ ਸੁੰਦਰਤਾ ਨਾਲ ਸੰਤੁਸ਼ਟ ਨਹੀਂ ਹੁੰਦੀ ਉਹ ਹੋਰ ਸੋਹਣੀ ਬਣਨ ਦੀ ਇੱਛਾ 'ਚ ਸਮੇਂ ਪ੍ਰਤੀ ਅਕਸਰ ਵੇਸਲੀ ਹੋ ਜਾਂਦੀ ਹੈ ਉਹ ਆਪਣੇ ਨਾਲ ਸੰਬੰਧਤ ਕੋਈ ਵਸਤ ਖਰੀਦਣ ਸਮੇਂ ਵੀ ਵਕਤ ਨੂੰ ਅਕਸਰ ਭੁੱਲ ਜਾਂਦੀ ਹੈ ਰਸਮਾਂ ਰਿਵਾਜਾਂ 'ਚ ਵਧੇਰੇ ਵਿਸ਼ਵਾਸ ਰੱਖਣ ਕਾਰਨ ਉਹ ਸਮੇਂ ਨਾਲੋਂ ਰਸਮ ਨੂੰ ਵਧੇਰੇ ਮਹੱਤਵ ਦਿੰਦੀ ਹੈ ਪੁਰਸ਼ ਕੰਮ ਨਿਪਟੌਣ 'ਤੇ ਵਿਸ਼ਵਾਸ ਕਰਦਾ ਹੈ ਜਦਕਿ ਇਸਤਰੀ ਨੂੰ ਕੰਮ ਹੀ ਉਹ ਕਰਨੇ ਪੈਂਦੇ ਜਿਹੜੇ ਪੂਰੀ ਤਰੰਕਾ ਦੇ ਵੀ ਨਿਪਟਦੇ ਨਹੀਂ ਸੋ ਇਸਤਰੀ ਦਾ ਸਮੇਂ ਨਾਲ ਰਿਸ਼ਤਾ ਸਪਸ਼ਟ ਨਹੀਂ ਹੁੰਦਾ ਪੁਰਸ਼ ਇਸਤਰੀਆਂ ਤੇ ਬੱਚਿਆਂ ਦਾ ਸੱਭਿਆਚਾਰ ਵੱਖਰੀ ਵੱਖਰੀ ਪਾੰਦਾ ਜੇ ਪੇਕਿਆਂ ਦਾ ਕੋਈ ਕੰਮ ਹੋਵੇ ਇਸਤਰੀ ਕਹਿੰਦੀ ਛੇਤੀ ਕਰੋ ਛੇਤੀ ਕਰੋ ਭਰਜੀ ਖਾਣ ਪੀਣ ਲਈ ਕੁਝ ਪ੍ਰਾਪਤ ਕਰਨ ਦੀ ਸੰਭਾਵਨਾ ਹੋਵੇ ਤਾਂ ਬੱਚੇ ਕਹਿੰਦੇ ਛੇਤੀ ਕਰੋ ਜਲਦੀ ਕਰੋ ਸਥਿਤੀ ਜਾਂ ਕਾਰਜ ਕੋਈ ਹੋਵੇ ਕੋਈ ਨਾ ਕੋਈ ਧਿਰ ਕਹਿਰੀ ਹੁੰਦੀ ਹੈ ਜਲਦੀ ਕਰੋ ਛੇਤੀ ਕਰੋ ਅਜੋਕਾ ਜੀਵਨ ਜਟਿਲ ਹੋ ਗਿਆ ਹੈ ਪਹਿਲਾਂ ਪਿੰਡ ਚ ਰਹਿਣ ਵਾਲੇ ਲੋਕਾਂ ਦੀਆਂ ਸਾਰੀਆਂ ਲੋੜਾਂ ਪਿੰਡ ਚ ਹੀ ਪੂਰੀਆਂ ਹੋ ਜਾਂਦੀਆਂ ਸੀ ਉਦੋਂ ਲੋੜਾਂ ਹੀ ਘੱਟ ਨਹੀਂ ਸੀ ਜੀਵਨ ਦਾ ਘੇਰਾ ਵੀ ਛੋਟਾ ਸੀ ਲੋਕ ਸਾਦੇ ਸਨ ਉਹਨਾਂ ਦਾ ਸੁਭਾਅ ਸਰਲ ਸੀ ਜੀਵਨ ਗਤੀ ਸਹਿਜ ਸੀ ਬਿਰਤੀ ਸ਼ਾਂਤ ਸੀ ਪਰੰਪਰਾ ਨੂੰ ਪਾਲਣ ਦਾ ਪਾਲਣਾ ਹੀ ਲੋਕਾਂ ਦਾ ਧਰਮ ਸੀ ਹਉਮੈ ਨੂੰ ਮਾਰਨਾ ਜੀਵਨ ਦਾ ਅਦਰਸ਼ ਸੀ ਪਰ ਹੁਣ ਸਭ ਕੁਝ ਬਦਲ ਗਿਆ ਹੈ ਹੁਣ ਪਿੰਡ ਕਸਬਿਆਂ ਨਾਲ ਕਸਬੇ ਸ਼ਹਿਰਾਂ ਨਾਲ ਸ਼ਹਿਰਾਂ بندرگاہਾਂ ਨਾਲ ਤੇ بندرگاہ ਸਾਰੇ ਸੰਸਾਰ ਨਾਲ ਜੁੜਨ ਕਾਰਨ ਰਫ਼ਤਾਰ ਤੇ ਰੌਲਾ ਦੋਵੇਂ ਵਧ ਗਏ ਮਨੁੱਖ ਵੱਡੇ ਗਰੋਹਾਂ 'ਚ ਰਹਿਣਾ ਚਾਹੁੰਦਾ ਸੋ ਵਿਅਕਤੀਗਤ ਪਛਾਣ ਤਾਂ ਮੁੱਕਣੀ ਸੀ ਜੀਵਨ ਦੀਆਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਵੀ ਪਿੱਛੇ ਰਹਿ ਗਈਆਂ ਹਨ ਇੰਨੀ ਵੱਡੀ ਆਬਾਦੀ ਦਾ ਪ੍ਰਬੰਧ ਜੀਵਨ ਦੀ ਰਫ਼ਤਾਰ ਨੂੰ ਵਧਾ ਕੇ ਹੀ ਕੀਤਾ ਜਾ ਸਕਦਾ ਹੈ ਪਿਛਲੀ ਲਗਭਗ ਇੱਕ ਸਦੀ ਤੋਂ ਸ਼ਹਿਰ ਫੈਲਦੇ ਜਾ ਰਹੇ ਹਨ ਤੇ ਮਨੁੱਖ ਹਰ ਖੇਤਰ 'ਚ ਆਪਣੀ ਰਫ਼ਤਾਰ ਵਧਾਉਣ 'ਚ ਰੁੱਝਿਆ ਹੋਇਆ ਹੈ ਸੀਮਤ ਵਸੀਲਿਆਂ ਨਾਲ ਬੇਮੁਹਾਰਾ ਇੱਛਾਵਾਂ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਸੋ ਇੱਕ ਦੌੜ ਲੱਗੀ ਹੈ ਸਭ ਪਾਸੇ ਪਛੜ ਜਾਣ ਦੇ ਡਰ ਕਰ ਛੇਤੀ ਕਰੋ ਜਲਦੀ ਕਰੋ ਹੋ ਰਹੀ ਹੈ ਜੀਵਨ ਦੀ ਰਫ਼ਤਾਰ ਕਿੰਨੀ ਵੀ ਤੇਜ਼ ਹੋ ਜਾਏ ਮਨੁੱਖ 'ਚ ਵਧੇਰੇ ਰਫ਼ਤਾਰ ਪ੍ਰਾਪਤ ਕਰਨ ਦੀ ਅਭਿਲਾਸ਼ਾ ਵੱਧਦੀ ਜਾਏਗੀ ਰਫ਼ਤਾਰ ਆਪਣੇ ਆਪ 'ਚ ਇੱਕ ਰੋਜ਼ਗਾਰ ਬਣ ਗਈ ਹੈ ਰਿਸ਼ਵਤ ਦੇਣ ਲੈਣ ਦੀ ਲੋੜ ਵੀ ਉੱਥੇ ਉਪਜਦੀ ਹੈ ਜਿੱਥੇ ਕੰਮ ਦੀ ਰਫ਼ਤਾਰ ਹੌਲੀ ਹੋਵੇ ਤੇ ਤੇਜ਼ ਕਰਨ ਦੀ ਲੋੜ ਹੋਵੇ। ਪੂੰਜੀਵਾਦ ਪਦਾਰਥਵਾਦੀ ਰੁਚੀ ਨੂੰ ਬਲਵਾਨ ਕਰਦਾ ਹੈ ਜਦਕਿ ਧਰਮ ਆਦਰਸ਼ਵਾਦੀ ਰੁਚੀ ਅਦੇਨ त्याग ਤੇ ਬਲ ਦਿੰਦਾ ਹੈ। ਹੁਣ ਚਰਿੱਤਰ ਦੀ ਅਮੀਰੀ ਦੀ ਥਾਂ ਵਸਤਾਂ ਦੀ ਅਮੀਰੀ ਦਾ ਬੋਲਬਾਲ ਹੈ। ਹੁਣ ਤਨਖਾਹ ਸੰਤੁਸ਼ਟ ਨਹੀਂ ਕਰਦੀ। ਹੁਣ ਯੋਗਤਾ ਨਾਲੋਂ ਸਿਫਾਰਿਸ਼ ਦਾ ਕਦ ਵੱਡਾ ਹੋ ਗਿਆ ਹੈ। ਹੁਣ ਬੰਦੇ ਰੱਬ ਤੋਂ ਨਹੀਂ ਡਰਦੇ ਬੰਦੇ ਰੱਬ ਨੂੰ ਡਰਾਉਂਦੇ ਆ। ਰੋਜ਼ਗਾਰ ਦੇ ਰਸਤੇ ਤੰਗ ਹਨ, ਭੀੜਾਂ ਵੱਡੀਆਂ ਹਨ, ਕੰਮ ਦਾ ਖਿਲਾਰਾ ਵਧੇਰੇ ਹੈ। ਕੰਮ ਕਰਨ ਲਈ ਸਮਾਂ ਘੱਟ ਹੈ। ਹੁਣ ਜਾਗਣ ਸਮੇਂ ਹੀ ਮਨੁੱਖ ਨਿਰਧਾਰਿਤ ਸਮੇਂ ਤੋਂ ਪਛੜ ਚੁੱਕਾ ਹੁੰਦਾ ਹੈ। ਸੋ ਹਰ ਇੱਕ ਘਰ 'ਚ ਸਵੇਰ ਵੇਲੇ ਛੇਤੀ ਕਰੋ ਛੇਤੀ ਕਰੋ ਹੋ ਰਹੀ ਹੁੰਦੀ ਹੈ। ਅਜੋਕਾ ਮਨੁੱਖ ਹਰ ਰੋਜ਼ ਨਵਾਂ ਯੁੱਧ ਲੜਦਾ ਹੈ। ਇਸ ਯੁੱਧ 'ਚ ਜਿਸ ਕਿਸੇ ਦੀ ਰਫ਼ਤਾਰ ਹੌਲੀ ਆ ਉਹ ਨਿਕੰਮਾ ਢਿੱਲਾ ਸੁਸਤ ਤੇ ਪਛੜਿਆ ਹੋਇਆ ਗਿਣਿਆ ਜਾਂਦਾ ਹੈ। ਉਹ ਕੋਈ ਕਿਸੇ ਦੀ ਸੁਣਦਾ ਹੀ ਨਹੀਂ ਸੋ ਹਰ ਗੱਲ ਕਈ ਕਈ ਵਾਰ ਕਹਿਣੀ ਪੈਂਦੀ ਹੈ ਥਕਾਵਟ ਸਾਡੇ ਧੁਰ ਅੰਦਰ ਪਹੁੰਚ ਗਈ ਹੈ ਨਤੀਜੇ ਵਸ ਸਾਡਾ ਵਿਹਾਰ ਕਾਲਾ ਤੇ ਝਗੜਾਲੂ ਹੋ ਗਿਆ ਝਗੜੇ ਉੱਚੇ ਬੋਲ ਬੁਲਾਰੇ ਨੂੰ ਜਨਮ ਦਿੰਦੇ ਹੈ ਝਗੜੇ ਦੀ ਸਥਿਤੀ ਚ ਨਾ ਕੇਵਲ ਤੇਜ਼ ਤੇਜ਼ ਬੋਲਣਾ ਪੈਂਦਾ ਸਗੋਂ ਸੰਗ ਵੀ 파ਟਦਾ ਹੈ ਗੁੱਸੇ ਦੀ ਸਥਿਤੀ ਚ ਸੋਚਣਾ ਸੰਭਵ ਨਹੀਂ ਹੁੰਦਾ ਸੋ ਅਸੀਂ ਅਣਜਾਣੇ ਨਿੱਕੀ ਜੀ ਗੱਲ ਨੂੰ ਵੱਡੀ ਸਮੱਸਿਆ ਬਣਾ ਲੈਨੇ ਆਂ ਮਾਪਿਆਂ ਤੇ ਬੱਚਿਆਂ ਦੇ ਜੀਵਨ ਦੀਆਂ ਰਫ਼ਤਾਰਾਂ ਵੱਖਰੀਆਂ ਹੋਣ ਕਾਰਨ ਆਪਸੀ ਸਾਂਝ ਘਟ ਰਹੀ ਹੈ ਵਿਤਾਂ ਵਧ ਰਹੀਆਂ ਹਨ ਹੁਣ ਪੁੱਤਰ ਪਿਤਾ ਨੂੰ ਗਲਤ ਸਾਬਤ ਕਰਨ ਦੀ ਬਜ਼ਿੱਦ ਹਨ ਧੀਆਂ ਮਾਵਾਂ ਨਾਲੋਂ ਵੱਧ ਚਲਾਕ ਬਣਨ ਚ ਰੁੱਝੀਆਂ ਹਨ ਭਰਾ ਸਾਂਝੀ ਜਾਇਦਾਦ ਵੰਡਣ ਦੇ ਮਾਮਲੇ 'ਚ ਇੱਕ ਦੂਜੇ ਨੂੰ ਬੇਈਮਾਨ ਸਿੱਧ ਕਰ ਰਹੇ ਹਨ ਇੱਕੋ ਵੇਲੇ ਕਈ ਸਮੱਸਿਆਵਾਂ ਉਲਝੇ ਹੋਣ ਕਾਰਨ ਅਸੀਂ ਟੁਰਦੇ ਘਟਾਂ ਤਿਲਕ ਦੇ ਵਧਦੇ ਰਹੇ ਛੇਤੀ ਛੇਤੀ ਲਈ ਫੈਸਲੇ ਗਲਤ ਸਾਬਤ ਹੁੰਦੇ ਹਨ ਛੇਤੀ ਛੇਤੀ ਕੀਤੇ ਰਿਸ਼ਤੇ ਟੁੱਟ ਜਾਂਦੇ ਹਨ ਇਹ ਤੇ ਅਜਿਹੀਆਂ ਹੋਰ ਸਥਿਤੀਆਂ ਜੀਵਨ 'ਚ ਆਪਣੀ ਕਿਸਮ ਦਾ ਸ਼ੋਰ ਉਪਜਾਉਂਦੀਆਂ ਹਨ ਰੌਲੇ ਤੇ ਰਫਤਾਰ ਦੀ ਪਰੇਸ਼ਾਨੀ ਅਸੀਂ ਆਰਾਮ ਨਾਲ ਨਹੀਂ ਕਰ ਸਕਦੇ ਬੇਰਮੀ ਦੀ ਸਥਿਤੀ ਕਾਰਨ ਸਾਡੇ ਤੋਂ ਗਲਤੀਆਂ ਵਧੇਰੇ ਹੁੰਦੀਆਂ ਹਨ ਗਲਤੀਆਂ ਵਿੱਚ ਚੈਨੀ ਉਪਜਾਉਂਦੀਆਂ ਹੈ ਵਿਚਨ ਵਿਅਕਤੀ ਝਗੜਾਲੂ ਹੁੰਦਾ ਹੈ ਝਗੜਾਲੂ ਵਿਅਕਤੀ ਦੁਰਘਟਨਾਵਾਂ ਸਿਰਜਦਾ ਹੈ ਸਾਡੇ ਬਹੁਤ ਸਾਰੇ ਸਾਧਨ ਧੀਰ ਸਮਾਂ ਤੇ ਸਮਰਥਾ اچانک ਆਪ ਹੀ ਵਿਵਸਤਾ ਦੇ ਲੇਖੇ ਲੱਗ ਜਾਣ ਕਾਰਨ ਸਾਡਾ ਅਸਲ ਕੰਮ ਪਿੱਛੇ ਪੈਂਦਾ ਰਹਿੰਦਾ ਹੈ ਇਸ ਪਛੜੇ ਹੋਏ ਕੰਮ ਨੂੰ ਨਿਪਟਾਉਣ ਲਈ ਅਸੀਂ ਕਾਹਲ ਕਰਦੇ ਹਾਂ ਨਤੀਜਾ ਇਹ ਹੁੰਦਾ ਹੈ ਕਿ ਕੰਮ ਦੀ ਪੱਧਰ ਡਿੱਗਦੀ ਹੈ ਸਾਡੇ ਦੂਜਿਆਂ ਨਾਲ ਸਬੰਧ ਵਿਗੜਦੇ ਹੈ ਮਕਾਨ ਉਸਾਰੀ ਦੌਰਾਨ ਮਿਸਤਰੀਆਂ ਨਾਲ ਹੁਣ ਲੋਕ ਵਧੇਰੇ ਝਗੜਦੇ ਹੈ ਗ੍ਰੇਲਾਂ ਵਾਲਿਆਂ ਦੇ ਵਧੇਰੇ ਗੇੜੇ ਲਾਉਣੇ ਪੈਂਦੇ ਹੈ ਹੋਰ ਕੰਮ ਕਰਨ ਵਾਲਿਆਂ ਦੇ ਗੈਰ ਜ਼ਿੰਮੇਵਾਰ ਵਿਹਾਰ ਕਾਰਨ ਵਧੇਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਨੁੱਖ ਆਪਣੇ ਜੀਵਨ ਨੂੰ ਸੌਖਾ ਤੇ ਸੁਖਦਾਇਕ ਬਣਾਉਣ ਲਈ ਭਾਂਡ-ਭਾਂਦੀਆਂ ਵਸਤਾਂ ਤੇ ਉਪਕਰਣ ਖਰੀਦਦਾ ਤੇ ਇਹਨਾਂ ਨੂੰ ਠੀਕ ਹਾਲਤ ਚ ਰੱਖਣ ਦੀ ਯੋਗਤਾ ਨਾ ਹੋਣ ਕਾਰਨ ਮੁਰੰਮਤ ਕਰਵਾਉਣ ਲਈ ਉਹਨੂੰ ਮੁੜ-ਮੁੜ ਬਾਜ਼ਾਰ ਜਾਣਾ ਪੈਂਦਾ ਹੈ। ਕਬਰਾਇਆ ਹੋਇਆ, ਥੱਕਿਆ ਹੋਇਆ, ਪਰੇਸ਼ਾਨ ਵਿਅਕਤੀ ਬੇਲੋੜਾ ਖਰਚ ਕਰਦਾ ਹੈ ਜਿਹੜਾ ਅਗਲੇਰੇ ਪਛਤਾਵੇ ਨੂੰ ਜਨਮ ਦਿੰਦਾ ਹੈ। ਵਧੇਰੇ ਤੇਜ਼ ਚੱਲਣ ਕਾਰਨ ਸਾਨੂੰ ਵਧੇਰੇ ਠੇਡੇ ਲੱਗਦੇ ਆ। ਕਾਲਤੇ ਆਪੋ ਤਾਪੀ ਦੇ ਵਾਤਾਵਰਨ ਚ ਕਿਸੇ ਵੀ ਨਿਯਮ ਜਾਂ ਕਾਨੂੰਨ ਦੀ ਪਾਲਣਾ ਕਰਨੀ ਮੁਸ਼ਕਲ ਹੋ ਜਾਂਦੀ ਹੈ ਜਿਸ ਕਾਰਨ ਆਵਾਜਾਈ ਦੇ ਨਿਯਮਾਂ ਨੂੰ ਪਾਲਣਾ ਲਾਈਨ ਬਣਾਉਣੀ ਜਾਂ ਵਾਰੀ ਸਿਰ ਆਪਣਾ ਕੰਮ ਕਰਵਾਉਣਾ ਜਾਂ ਕੀਤੇਕਰਾਰ ਨੂੰ ਨਿਭਾਉਣਾ ਜਾਂ ਲੈਣ ਦੇਣ ਚ ਸਾਵਾਂ ਸੰਤੁਲਿਤ ਰਹਿਣਾ ਸੰਭਵ ਨਹੀਂ ਰਹਿੰਦਾ ਇਸੇ ਵਰਤੀ ਅਧੀਨ ਸੜਕਾਂ ਉੱਤੇ ਹਰ ਕੋਈ ਦੌੜ ਰਿਹਾ ਹੈ ਤੇਜ਼ ਕਾਰਾਂ ਨੂੰ ਵੇਖ ਕੇ ਇੰਜ ਲੱਗਦਾ ਜਿਵੇਂ ਹਰ ਕੋਈ ਦੋ ਦੋ ਸੋਫੇ ਰੱਖ ਕੇ ਬਾਹੋदाई ਦੌੜ ਰਿਹਾ ਹੋਵੇ ਜੀਵਨ ਚ ਕਾਲਪਸਰ ਜਾਣਕਾਰਨ ਹਰੇਕ ਰਿਸ਼ਤਾ ਨਿੱਗ ਦੇਣ ਤੋਂ ਇਨਕਾਰੀ ਹੈ ਹੁਣ ਉਹ ਕੰਮ ਜਾਂ ਸ਼ੌਕ ਛੁਏ ਹੀ ਨਹੀਂ ਜਾਂਦੇ ਜਿਨ੍ਹਾਂ ਚ ਲੰਮੇ ਅਭਿਆਸ ਦੀ ਲੋੜ ਹੋਵੇ ਮਿਹਨਤ ਨਾਲ ਅਮੀਰ ਹੋਣ ਨੂੰ ਦੇਰ ਲੱਗਦੀ ਹੈ ਸੋ ਅਮੀਰ ਹੋਣ ਲਈ ਛੋਟੇ ਤੇ ਝਟਪਟ ਵਰਤੋਂ ਚ ਲਿਆਉਣ ਵਾਲੇ ਅਯੋਗ ਟੰਗ ਵਸੀਲੇ ਵਰਤੇ ਜਾ ਰਹੇ ਹਨ ਇਮਤਿਹਾਨਾਂ ਚ ਨਕਲਾਂ ਝਟਪਟ ਲਾਇਕ ਪ੍ਰਤੀਤ ਹੋਣ ਟਿਊਸ਼ਨਾਂ ਝਟਪਟ ਡਾਕਟਰ ਜਾਂ ਇੰਜੀਨੀਅਰ ਬਣ ਕੇ ਅਮੀਰ ਹੋਣ ਦੀਆਂ ਪਰਮਾਨਾਂ ਅੱਜ ਸਿੱਧੀ ਈਮਾਨਦਾਰੀ ਸਾਫ਼ ਦੀ ਸਬੂਤੀ ਨਹੀਂ ਰਹਿ ਸਕਦੀ ਹੁਣ ਜਦੋਂ ਬੱਚੇ ਘਰਾਂ ਨੂੰ ਮੁੜਦੇ ਹਨ ਘਰਾਂ ਦੇ ਜਿੰਦਰੇ ਉਹਨਾਂ ਨੂੰ ਆਪ ਖੋਲਣੇ ਪੈਂਦੇ ਹਨ ਆਪਣੇ ਬਾਰੇ ਵਧੇਰੇ ਫੈਸਲੇ ਵੀ ਉਹਨਾਂ ਨੂੰ ਆਪ ਕਰਨੇ ਪੈਂਦੇ ਹਨ ਧੰਨਵਾਦ ਚਲਦਾ